ਪੰਜਾਬ ਸਰਕਾਰ ਦੀ ਤਿੱਖੀ ਆਲੋਚਨਾ ਕਰਦੇ ਹੋਏ ਪੰਜਾਬ ਪ੍ਰਦੇਸ਼ ਕਾਂਗਰਸ ਕਮੇਟੀ ਦੇ ਪ੍ਰਧਾਨ ਅਤੇ ਲੁਧਿਆਣਾ ਤੋਂ ਸੰਸਦ ਮੈਂਬਰ ਅਮਰਿੰਦਰ ਸਿੰਘ ਰਾਜਾ ਵੜਿੰਗ ਨੇ ਮੁੱਖ ਮੰਤਰੀ ਭਗਵੰਤ ਮਾਨ ਅਤੇ ਆਮ ਆਦਮੀ ਪਾਰਟੀ ਦੀ ਪੰਜਾਬ ਨੂੰ ਕੁਸ਼ਾਸਨ ਵੱਲ ਤੋਰਨ ਦੀ ਤਿੱਖੀ ਨਿਖੇਧੀ ਕੀਤੀ ਹੈ ਬਦਲਾਵ ਤੋਂ ਪਰਦਾ ਚੁੱਕਦਿਆਂ ਵੀਡੀਓਜ਼ ਦੀ ਇੱਕ ਲੜੀ ਰਾਹੀਂ ਵੜਿੰਗ ਨੇ ਕਈ ਖੇਤਰਾਂ ਵਿੱਚ ਆਪ ਸਰਕਾਰ ਦੀ ਕਾਰਗੁਜ਼ਾਰੀ ਦੀ ਨਿੰਦਾ ਕੀਤੀ ਪੰਜਾਬ ਦੇ ਸ਼ਾਸਨ ਨੂੰ ਅਦੂਰੇ ਦਾਅਵਿਆਂ, ਟੁੱਟ ਰਹੇ ਸਿਸਟਮਾਂ ਅਤੇ ਜੀਵਨ ਦੀ ਵਿਗੜਦੀ ਗੁਣਵੱਤਾ ਵਿੱਚ ਬਦਲਣ ਲਈ ਮੁੱਖ ਦੀ ਮਾਂ ਨੂੰ ਜ਼ਿੰਮੇਵਾਰ ਠਹਿਰਾਇਆ ਬੜਿੰਗ ਨੇ ਕਿਹਾ ਪੰਜਾਬ ਦੇ ਲੋਕਾਂ ਨੂੰ ਬਦਲਾ ਦੇ ਖੋਖਲੇ ਨਾਰਿਆਂ ਨਾਲ ਧੋਖਾ ਦਿੱਤਾ ਗਿਆ ਤੁਸੀਂ ਝੂਠੇ ਵਾਅਦਿਆਂ ਦੇ ਬਲਬੁੱਤੇ 92 ਸੀਟਾਂ ਜਿੱਤੀਆਂ ਪਰ ਪੰਜਾਬ ਮੂੜ ਮੂਰਖ ਨਹੀਂ ਬਣੇਗਾ ਪੰਜਾਬ ਤੁਹਾਡੇ ਸ਼ਾਸਨ ਦੀ ਹਕੀਕਤ ਨੂੰ ਜਾਣਦਾ ਇੱਕ ਅੰਗੋਲਿਆ ਰਾਜ ਹਸਪਤਾਲਾਂ ਦੀ ਹਾਲਤ ਖਰਾਬ ਕਿਸਾਨਾਂ ਦੀ ਅਣਦੇਖੀ ਅਤੇ ਲਾਪਰਵਾਹੀ ਨੂੰ ਰੋਕਿਆ ਨਹੀਂ ਗਿਆ ਆਪ ਦੇ ਸਿਹਤ ਸੰਭਾਲ ਮਾਡਲ ਦੀ ਤਿੱਖੀ ਆਲੋਚਨਾ ਕਰਦੇ ਹਾਂ ਬੜਿੰਗ ਨੇ ਕਿਹਾ ਕਿ ਗਿੱਦੜਬਾਹਾ ਦਾ ਸਰਕਾਰੀ ਹਸਪਤਾਲ ਜਿਸ ਨੂੰ ਕਦੇ ਪਾਸ਼ਪਾਦੀ ਅਗੋ ਦੀਵਾਲੀ ਕੇਂਦਰ ਸਰਕਾਰ ਦੁਬਾਰਾ ਵੀ ਸਭ ਤੋਂ ਵਧੀਆ ਮੰਨਿਆ ਜਾਂਦਾ ਸੀ ਹੁਣ ਆਪ ਦੇ ਸ਼ਾਸਨ ਵਿੱਚ ਬਰਬਾਦ ਹੋ ਗਿਆ ਕੀ ਇਸ ਨੂੰ ਤੁਸੀਂ ਸਿਹਤ ਸੰਭਾਲ ਕਹਿੰਦੇ ਹੋ ਕੀ ਇਹ ਤੁਹਾਡਾ ਜਨਤਕ ਸੇਵਾ ਦਾ ਮਾਡਲ ਹੈ ਪੰਜਾਬ ਦੀ ਸਿਹਤ ਸੰਭਾਲ ਟਹਿ ਟੇਰੀ ਹੋ ਰਹੀ ਹੈ ਜਦੋਂ ਕਿ ਮੁੱਖ ਮੰਤਰੀ ਮਾਨ ਝਟਕਨਾ ਵਿੱਚ ਉਲਝੇ ਹੋਏ ਨੇ ਬੜਿੰਗ ਨੇ ਨਸ਼ਾ ਖੋਰੀ ਦਾ ਮੁਕਾਬਲਾ ਕਰਨ ਲਈ ਆਪ ਦੇ ਦਾਅਵਿਆਂ ਵੱਲ ਵੀ ਧਿਆਨ ਖਿੱਚਿਆ ਇੱਕ ਸੰਕਟ ਜੋ ਸਿਰਫ ਇਸ ਦੇ ਪ੍ਰਸ਼ਾਸਨ ਦੇ ਅਧੀਨ ਹੀ ਵਧਿਆ ਤੁਸੀਂ 3 ਮਹੀਨਿਆਂ ਦੇ ਅੰਦਰ ਅੰਦਰ ਨਸ਼ੇ ਦੀ ਸਥਿਤੀ ਨੂੰ ਕਾਬੂ ਵਿੱਚ ਲਿਆਉਣ ਦੀ ਸੌਖ ਦੀ ਸੀ ਪਰ ਨਸ਼ੇ ਦੀ ਦੁਰਵਰਤੋਂ ਚਾਰ ਗੁਣਾ ਵੱਧ ਗਈ ਹੈ ਕੀ ਇਹ ਉਹ ਤਰੱਕੀ ਹੈ ਜਿਸ ਦਾ ਆਮ ਆਦਮੀ ਪਾਰਟੀ ਨੇ ਵਾਅਦਾ ਕੀਤਾ ਸੀ ਆਪ ਵੱਲੋਂ ਕਾਨੂੰਨ ਅਤੇ ਵਿਵਸਥਾ ਨਾਲ ਨਜਿੱਠਣ ਦੀ ਆਲੋਚਨਾ ਕਰਦੇ ਹੋਏ ਬੜਿੰਗ ਨੇ ਹਿੰਸਾ ਦੀਆਂ ਘਟਨਾਵਾਂ ਵੱਧਦੀ ਅਸੁਰੱਖਿਆ ਅਤੇ ਜੇਲ੍ਹ ਚ ਬੰਦ ਗੈਂਗਸਟਰ ਲਾਰੈਂਸ ਵਿਸ਼ਨੋਈ ਹਿਰਾਸਤ ਤੋਂ ਇੰਟਰਵਿਊ ਲੈਣ ਵੱਲ ਇਸ਼ਾਰਾ ਕੀਤਾ ਕਾਨੂੰਨ ਵਿਵਸਥਾ ਇੰਨੀ ਵਿਗੜ ਗਈ ਹੈ ਕਿ ਅਪਰਾਧੀ ਹੁਣ ਲੱਖਾਂ ਦੇ ਪਿੱਛੇ ਰਹਿ ਕੇ ਗੈਂਗਸਟਰਵਾਦ ਫੈਲਾ ਰਹੇ ਨੇ ਫਿਰ ਵੀ ਸਰਕਾਰ ਅਨਜਾਣ ਬਣੀ ਹੋਈ ਹੈ ਪਰਦੇਸ ਕਾਂਗਰਸ ਪ੍ਰਧਾਨ ਨੇ ਮੁੱਖ ਮੰਤਰੀ ਮਾਨ ਦੇ ਦਾਅਵਾ ਵਿੰਦਾ ਜਵਾਬ ਦਿੱਤਾ ਕਿ ਬੜਿੰਗ ਨੇ ਗਿਦੜ ਬਹਾਲੀ ਫੰਡ ਨਹੀਂ ਮੰਗੇ ਜੇ ਤੁਸੀਂ ਕਹਿੰਦੇ ਹੋ ਕਿ ਮੈਂ ਫੰਡਾਂ ਦੀ ਬੇਨਤੀ ਨਹੀਂ ਕੀਤੀ ਤਾਂ ਤੁਹਾਡੇ ਆਪਣੇ ਹਲਕਿਆਂ ਬਾਰੇ ਕੀ ਵਿਚਾਰ ਨੇ ਬੜਿੰਗ ਨੇ ਸਵਾਲ ਕੀਤਾ ਲੰਬੀ ਬਾਰੇ ਕੀ ਵਿਚਾਰ ਹੈ ਜਿੱਥੇ ਤੁਹਾਡਾ ਕੈਬਨਿਟ ਮੰਤਰੀ ਵਿਧਾਇਕ ਹੈ ਮੁਖਸਰਵਾਰੇ ਕੀ ਜਿੱਥੇ ਤਹਾੜੀ ਪਾਰਟੀ ਦੇ ਵਿਧਾਇਕ ਇੰਚਾਰਜ ਨੇ ਫਿਰ ਵੀ ਸੀਵਰੇਜ ਦੇ ਮੁੱਦੇ ਨਿਵਾਸੀਆਂ ਨੂੰ ਪਰੇਸ਼ਾਨ ਕਰਦੇ ਰਹਿੰਦੇ ਨੇ ਜੇਕਰ ਫੰਡ ਵੰਡੇ ਜਾ ਰਹੇ ਨੇ ਤਾਂ ਸਾਨੂੰ ਦਸਤਾਵੇਜ਼ ਦਿਖਾਓ ਪੰਜਾਬ ਦੇ ਲੋਕਾਂ ਨੂੰ ਸਬੂਤ ਦਿਖਾਓ ਕਿ ਤੁਸੀਂ ਇਹਨਾਂ ਖੇਤਰਾਂ ਵਿੱਚ ਨਿਵੇਸ਼ ਕੀਤਾ ਸਿੱਖਿਆ ਵੱਲ ਮੁੜਦੇ ਹੋਏ ਬੜਿੰਗਨੇ ਸਰਕਾਰੀ ਸੰਸਥਾਾਂ ਵਿੱਚ ਆਪਣੇ ਪਿਛੋਕੜ ਨੂੰ ਉਜਾਗਰ ਕਰਦੇ ਹੋਏ ਸਰਕਾਰੀ ਸਕੂਲਾਂ ਦੇ ਮੁੱਖ ਮੰਤਰੀ ਦੇ ਮਜ਼ਾਕ ਦੀ ਨਿਖੇਦੀ ਕੀਤੀ ਤੁਸੀਂ ਆਮ ਤੌਰ ਤੇ ਦੂਜੇ ਨੇਤਾਵਾਂ ਦਾ ਮਜ਼ਾਕ ੜਾਉਣ ਲਈ ਸਰਕਾਰੀ ਸਕੂਲਾਂ ਵਿੱਚ ਪੜਨ ਦੀ ਸੇਖੀ ਮਾਰਦੇ ਹੋ ਪਰ ਮੈਂ ਉਹਨਾਂ ਸਕੂਲਾਂ ਵਿਚ ਵੀ ਪੜਿਆ ਅਤੇ ਉਹਨਾਂ ਦੀ ਕੀਮਤ ਜਾਣਦਾ ਜਦੋਂ ਤੁਸੀਂ ਮਜ਼ਾਕ ਕਰਦੇ ਹੋ ਕਿ ਤੁਹਾਡਾ ਸਭ ਤੋਂ ਵੱਡਾ ਸਕੂਲ ਦਾ ਫੈਸਲਾ ਸੀ ਕਿ ਕੀ ਜਾਣਾ ਹੈ ਜਾਂ ਨਹੀਂ ਜਾ ਸਕੂਲੋਂ ਭੱਜਣਾ ਇਹ ਸ਼ਰਮਨਾਕ ਹੈ ਕਿ ਇੱਕ ਅਧਿਆਪਕ ਦਾ ਪੁੱਤਰ ਹੋਣ ਦੇ ਨਾਤੇ ਤੁਸੀਂ ਅਧਿਆਪਕਾਂ ਨੂੰ ਸਿਰਫ ਆਪਣੇ ਹੱਕ ਮੰਗਣ ਲਈ ਬਤਸਲੂਕੀ ਅਤੇ ਕੁੱਟਣ ਦੀ ਇਜਾਜ਼ਤ ਦਿੰਦੇ ਹੋ ਕੀ ਤੁਹਾਡੀ ਸਰਕਾਰ ਸਿੱਖਿਆंका ਪ੍ਰਤੀ ਇਹੀ ਸਨਮਾਨ ਦਿਖਾਉਂਦੀ ਹੈ ਜੋ ਸਾਡੇ ਸਮਾਜ ਦੀ ਰੀੜ ਦੀ ਹੱਡੀ ਹੈ ਖੇਤੀ ਖਰੀਦੇ ਮੁੱਦੇ ਤੇ ਵੜਿੰਗਨੇ ਕਿ ਆ ਕਿ ਤੁਸੀਂ ਵਾਅਦਾ ਕੀਤਾ ਸੀ ਕਿ ਫਸਲ ਦੀ ਖਰੀਦ ਨਿਰਵਿਘਨ ਹੋਵੇਗੀ ਫਿਰ ਵੀ ਅੱਜ ਸਾਡੇ ਕਿਸਾਨ ਮੰਡੀਆਂ ਜੋ ਫਸੇ ਬੈਠੇ ਨੇ ਆਪਣੀ ਫਸਲ ਚੁੱਕਣ ਦੀ ਉਡੀਕ ਕਰ ਰਹੇ ਨੇ ਤੁਹਾਡੀ ਸਰਕਾਰ ਦੀ ਅਣਗਹਿਲੀ ਕਾਰਨ ਉਹ ਆਪਣੇ ਤਿਹਾਰਾਂ ਦੇ ਜਸ਼ਨਾਂ ਤੋਂ ਵਾਂਝੇ ਰਹਿ ਗਏ ਨੇ ਕਿਸਾਨ ਉਹਨਾਂ ਦੇ ਸਾਹਮਣੇ ਆਪਣੀ ਰੋਜ਼ੀ ਰੋਟੀ ਨੂੰ ਵਿਗੜਦਾ ਦੇਖ ਰਹੇ ਨੇ ਅਤੇ ਤੁਸੀਂ ਚੁੱਪ ਰਹੋ ਇਹ ਸ਼ਾਸਨ ਨਹੀਂ ਹੈ ਇਹ ਧੋਖ ਹੈ ਵਡਿੰਗਰੇ ਭਗਵੰਤ ਮਾਨ ਦੇ ਪ੍ਰਸ਼ਾਸਨ ਦੇ ਅਧੀਨ ਇਕੱਠੇ ਕਿਤੇ ਕਰਜ਼ੇ ਦੇ ਬੇਮਿਸਾਲ ਪੱਧਰ ਤੇ ਸਵਾਲ ਉਠਾਉਂਦੇ ਹੋਏ ਆਪ ਦੇ ਸ਼ਾਨਦਾਰ ਬੀਤੀ ਦੁਰਪ੍ਰਬੰਧ ਦਾ ਪਰਦਾ ਫਾਸ਼ ਕੀਤਾ ਇਸ ਸਰਕਾਰ ਨੇ 92000 ਕਰੋੜ ਰੁਪਏ ਦਾ ਕਰਜ਼ਾ ਲਿਆ ਹੋਇਆ ਫਿਰ ਵੀ ਲੋਕਾਂ ਲਈ ਵਿਕਾਸ ਜਾਂ ਠੋਸ ਸੁਧਾਰ ਦੇ ਕੋਈ ਸੰਕੇਤ ਨਹੀਂ ਹਨ ਕਿੱਥੇ ਨੇ ਨਵੇਂ ਮੈਡੀਕਲ ਕਾਲਜ ਹਸਪਤਾਲ ਹਵਾਈ ਅੱਡੇ ਜਿਨ੍ਹਾਂ ਦੀ ਪੰਜਾਬ ਨੂੰ ਸਖਤ ਲੋੜ ਹੈ ਇਸ ਦੀ ਬਜਾਏ ਅਸੀਂ ਗੋਆ ਅਤੇ ਕੇਰਲਾ ਵਰਗੇ ਹੋਰ ਰਾਜਾਂ ਵਿੱਚ ਚਮਕਦਾਰ ਚੋਣ ਮੁਹੀਮਾ ਅਤੇ ਇਸ਼ਤਿਹਾਰ ਦੇਖਦੇ ਆ ਕੀ ਇਹ ਪੰਜਾਬ ਦਾ ਪੈਸਾ ਕਿੱਥੇ ਗਿਆ ਕੀ ਪੰਜਾਬ ਦੇ ਲੋਕ ਹੁਣ ਸਿਰਫ ਆਪ ਦੀਆਂ ਸਿਆਸੀ ਖੁਆਇਸ਼ਾਂ ਨੂੰ ਹੀ ਫੰਡ ਦੇ ਰਹੇ ਨੇ